ਕੋਈ ਦੁਨੀਆ ਦੇ ਵਿੱਚ ਇੱਕ ਵੇ ਕਿ ਮੈਂ ਹਾਰਟ ਅਟੈਕ ਦਾ ਇਲਾਜ ਕਰਾਇਆ ਤੇ ਦੁਬਾਰਾ ਹਾਰਟ ਅਟੈਕ ਨਹੀਂ ਹੋ ਸਕਦਾ ਕੋਈ ਵੀ ਸਰੀਰਕ ਬਿਮਾਰੀ ਜਿਹੜਾ ਤੁਸੀਂ ਇਲਾਜ ਕਰਾਓ ਤੇ ਤੁਸੀਂ ਇਹ ਦੱਸੋ ਕੋਈ ਗਰੰਟੀਡ ਕਰ ਦੇ ਕਿ 100% ਇਹ ਬਿਮਾਰੀ ਦੁਬਾਰਾ ਨਹੀਂ ਆ ਸਕਦੀ ਸਿਰਫ ਪਤਾ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਉਸ ਸਟਰਕਚਰ 'ਚ ਰਹਿੰਦੇ ਹੋ ਨਾ ਤੁਹਾਡਾ ਹਾਰਟ ਅਟੈਕ ਦਾ ਪਹਿਲਾ ਸਾਈਨ ਆਉਂਦਾ ਹੈ ਤਾਂ ਤੁਸੀਂ ਉਸ ਹਸਪੀਟਲ 'ਚ ਪਹੁੰਚ ਜਾਂਦੇ ਹੋ ਐਂਡ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕੀ ਕਿ ਚੱਲ ਰਿਹਾ ਤੇ ਹੁਣ ਉਸ ਚੀਜ਼ ਦਾ ਇਲਾਜ ਕਿਵੇਂ ਹੋਣਾ ਹੈ ਮਿਨਿਮਲ ਡੈਮੇਜ ਹੁੰਦਾ ਹੈ ਜੇ ਹਾਰਟ ਅਟੈਕ ਵਾਲਾ ਪੇਸ਼ੈਂਟ ਜਲਦੀ ਤੋਂ ਜਲਦੀ ਆਪਣੇ ਹਸਪੀਟਲ 'ਚ ਪਹੁੰਚ ਜਾਂਦਾ ਹੈ ਨਾ ਤੇ ਹਾਰਟ ਦਾ ਜਿਹੜਾ ਟਿਸ਼ੂ ਡੈਮੇਜ ਆ ਉਹ ਮਿਨਿਮਲ ਹੁੰਦਾ ਹੈ ਜਿੰਨਾ ਟਾਈਮ ਲੈਪਸ ਹੋ ਜਾਂਦਾ ਨਾ ਓਨਾ ਡੈਮੇਜ ਵੱਧ ਜਾਂਦਾ ਐਸ ਤਰ੍ਹਾਂ ਹੀ ਬ੍ਰੇਨ ਦੇ ਵਿੱਚ ਐਸ ਤਰ੍ਹਾਂ ਹੀ ਸੀਵੀਏ ਦੇ ਵਿੱਚ ਹੁਣ ਇੱਕ ਵਾਰੀ ਸੀਵੀਏ ਦਾ ਅਟੈਕ ਹੋਇਆ ਸੈਕੰਡ ਸੀਵੀਏ ਦਾ ਅਟੈਕ ਹੋਇਆ ਥਰਡ ਸੀਵੀਏ ਦਾ ਅਟੈਕ ਹੋਇਆ ਬਟ ਕਰ ਕੀ ਰਿਹਾ ਕਿ ਅਸੀਂ ਉਸ ਜਗ੍ਹਾ ਤੇ ਜਲਦੀ ਤੋਂ ਜਲਦੀ ਪਹੁੰਚ ਰਹੇ ਹਾਂ ਉਹਦੇ ਨਾਲ ਕੀ ਹੋ ਰਿਹਾ ਕਿ ਬ੍ਰੇਨ ਡੈਮੇਜ ਨਹੀਂ ਹੋ ਰਿਹਾ ਸਸ ਆ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਦੂਸਰੀ ਜਿਹੜੀ ਚੀਜ਼ ਨਮਰਤਾ ਜੀ ਨੇ ਕਹੀ ਹੈ ਕਿ ਆਪਾਂ ਉਸ ਸਟਰਕਚਰ ਚ ਰਹੀਏ ਤਾਂ ਕਿ ਉਹ ਚੀਜ਼ਾਂ ਜਦੋਂ ਸ਼ੁਰੂਆਤ ਹੋ ਸਕਣ ਨਾ ਰਿਲੈਪਸ ਇਸ ਤਰ੍ਹਾਂ ਨਹੀਂ ਹੁੰਦਾ ਰਿਲੈਪਸ ਤੋਂ ਪਹਿਲਾਂ ਬੜੀਆਂ ਸਟੇਜਸ ਆਉਂਦੀਆਂ ਉਸ ਤੋਂ ਪਹਿਲਾਂ ਮੈਂਟਲ ਰਿਲੈਪਸ ਹੁੰਦਾ ਉਸ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਇਮੋਸ਼ਨਲ ਰਿਲੈਪਸ ਹੁੰਦਾ ਉਸ ਤੋਂ ਪਹਿਲਾਂ ਇੱਕਦਮ ਬੰਦੇ ਨੂੰ ਲੱਗਦਾ ਕਿ ਇਹ ਪ੍ਰੋਗਰਾਮ ਵੈਲਿਡ ਨਹੀਂ ਹੈ ਮੈਡੀਸਿਨਸ ਇੰਪੋਰਟੈਂਟ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਯੂਸਲੈਸ ਲੱਗਣ ਲੱਗ ਪੈਂਦੀਆਂ ਫਰਸੇ ਤੁਸੀਂ ਪ੍ਰੋਟੋਕਾਲ ਆਪਣਾ ਤੋੜਨੇ ਸ਼ੁਰੂ ਕਰ ਦਿੱਤੇ ਹੋ ਛੋਟੇ ਛੋਟੇ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੇ ਹੋ ਜਿਸ ਤਰ੍ਹਾਂ ਇਹਨੇ ਕਿਹਾ ਬੇਟੇ ਨੇ ਕਿਹਾ ਬਸ ਤੁਸੀਂ ਰੂਟੀਨ ਬੰਦ ਕਰ ਦਿੱਤੇ ਕੋ ਜਿਹੜਾ ਤੁਸੀਂ ਬੈੱਡ ਆਪਣਾ ਬਣਾਉਂਦੇ ਹੋ ਨਾ ਤੁਸੀਂ ਰੈ ਬੈੱਡ ਨਹੀਂ ਤੇ ਜਿਸ ਦਿਨ ਨਹੀਂ ਬਣਾ ਰਹੇ ਨਾ ਆਪਣਾ 댓 ਮੀਨਸ ਅ ਰਿਲੈਪਸ ਤੁਸੀਂ ਐਕਸਰਸਾਈਜ਼ ਰੋਜ਼ ਕਰਦੇ ਹੋ ਅੱਜ ਐਕਸਰਸਾਈਜ਼ ਨਹੀਂ ਕਰਨੇ ਦਿਲ ਕਰ ਰਿਹਾ ਨਹੀਂ ਜਾ ਰਹੇ ਇਹ ਰਿਲੈਪਸ ਹੈ ਰਿਲੈਪਸ ਇੱਥੇ ਹੈ ਕਿ ਜਿੱਥੇ ਤੁਹਾਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਤੁਹਾਨੂੰ ਅੱਜ ਗੁੱਸਾ ਆ ਰਿਹਾ ਨਾ ਇਹ ਰਿਲੈਪਸ ਹੈ ਤੁਸੀਂ ਆਪਣੇ ਘਰ ਦੇ ਆਦਮੀ ਨਾਲ ਲੜਨਾ ਝਕਣਾ ਸ਼ੁਰੂ ਕਰਤਾ ਇੱਥੇ ਰਿਲੈਪ डिफायंट इज अ वेरी इंपोर्टेंट रीज़न डिफायंट मतलब की हो गया कि तानू कोई गल कही जा रही छ कि नहीं मैं नहीं करणा हर गल च डिफायंट ਘਰ ਦੇ ਕਹਿੰਦੇ ਕੋਈ ਨਹੀਂ मतलब नहीं नहीं तू ਟਾਈਮ ਤੇ ਘਰ ਆ ਜਾ ਕਰ ਕਹਿੰਦਾ ਮੈਂ ਨਹੀਂ ਕਰਨਾ ਤੂੰ 8 ਵਜੇ ਤੋਂ ਪਹਿਲਾਂ 8 ਵਜੇ ਖਾਣਾ ਖਾ ਲਿਆ ਨਹੀਂ ਮੈਂ 10 ਵਜੇ ਖਾਵਾਂਗਾ ਰਿਲੈਪਸ ਤੇ ਇੱਥੇ ਹੁੰਦਾ ਹੁਣ ਇਹ ਜਿਹੜਾ ਬੰਦਾ ਇੱਥੇ ਫੁੱਲੀ ਇਨ ਪ੍ਰੋਗਰਾਮ ਹੈ ਨਾ ਉਹ ਆਇਡੈਂਟੀਫਾਈ ਕਰ ਲੇਗਾ ਵਾਰਨਿੰਗ ਸਿਗਨਲ ਪਰ ਜਿਹੜਾ ਬੰਦਾ ਪ੍ਰੋਗਰਾਮ ਚ ਨਹੀਂ ਉਹ ਤੇ ਰਿਲੈਪਸ ਹੋ ਕੇ ਹੀ ਰਿਅਲਾਈਜ਼ ਕਰੇਗਾ अच्छा दूसरी गल जेडी तुसी बार-बार क्वेश्चन पूछ रहे हो ना उचे ये हुंदा है कि तुसी डर ਨਾਲ ऑपरेट ਕਰ ਰਹੇ ਹੋ। ए बीमारी कॉमन सेंस ਨਾਲ ऑपरेट ਨਹੀਂ ਹੋ ਸਕਦੀ ਇਸ ਬਿਮਾਰੀ ਚ ਤਸੱਲੀਆਂ ਨਹੀਂ ਮਿਲ ਸਕਦੀਆਂ ਇਹ ਬਿਮਾਰੀ ਡਰ ਨਾਲ ਨਹੀਂ ऑपरेट ਹੋ ਸਕਦੀ। ਇਹ ਤਿੰਨੇ ਚੀਜ਼ਾਂ ਦਾ ਮਤਲਬ ਸਮਝੋ ਜਿਹੜਾ ਤੁਹਾਡਾ ਕੁਐਸਚਨ ਹੈ ਨਾ ਉੱਚੇ ਤਿੰਨੇ ਚੀਜ਼ਾਂ ਆ ਰਹੀਆਂ। ਪਹਿਲੀ ਗੱਲ ਤੇ ਜਦੋਂ ਤੁਸੀਂ ਤਸੱਲੀ ਮੰਗ ਰਹੇ ਹੋ ਨਾ ਤਸੱਲੀ ਇਹਦੇ ਵਿੱਚ ਕੋਈ ਨਹੀਂ ਹੈ। ਕਿਉਂਕਿ ਕਾਮਨ ਸੈਂਸ ਇਹ ਕਹਿੰਦੀ ਹੈ ਕਿ ਤਸੱਲੀ ਮੰਗੋ। हां ਹੋਏਗਾ ਠੀਕ ਕਿ ਨਹੀਂ ਹੋਏਗਾ ਦੁਬਾਰਾ ਤਾਂ ਨਹੀਂ ਹੋਏਗਾ ਇਹਦਾ ਆਨਸਰ ਹੈਗਾ ਕਿ ਹੋ ਸਕਦਾ ਦੁਬਾਰਾ ਪਹਿਲਾਂ ਤੁਸੀਂ ਕੁਐਸਚਨ ਪੁੱਛਦੇ ਹੋ ਰਿਲੈਪਸ ਤੇ ਨਹੀਂ ਹੋਏਗਾ ਮੈਂ ਕਹਿੰਦਾ ਹਾਂ ਹੋ ਸਕਦਾ ਰਿਲੈਪਸ ਹੋ ਸਕਦਾ ਕਿਉਂ ਕਿ ਕਿ ਬ੍ਰੇਨ ਡਿਸਆਰਡਰ ਹੈ ਇਹ ਸਾਈਕਲੋਜੀਕਲ ਡਿਸਆਰਡਰ ਨਹੀਂ ਹੈ ਬ੍ਰੇਨ ਡਿਸਆਰਡਰ ਜਿਹੜਾ ਹੈ ਨਾ ਉਹ ਜੈਨੇਟਿਕਸ ਦੇ ਨਾਲ ریلیਟਡ ਹੈ ਜੈਨੇਟਿਕਸ ਦੇ ਨਾਲ ਦੇ ਅੰਦਰ ਜੀਨਸ ਵਿੱਚ ਪਿਆ ਹੋਇਆ ਕੈਮੀਕਲ ਡਿਸਆਰਡਰ ਹੈ ਕਿਉਂ ਨਹੀਂ ਹੋ ਸਕਦਾ ਦੁਬਾਰਾ ਹਰ ਚੀਜ਼ ਲਾਈਫ ਦੇ ਵਿੱਚ ਦੁਬਾਰਾ ਹੋ ਸਕਦੀ ਹੈ ਵੀ ਹੋ ਸਕਦਾ ਤੁਸੀਂ ਇੱਕ ਨਜ਼ਰੀਆ ਰੱਖੋ ਕਿ ਇਹ ਬ੍ਰੇਨ ਡਿਸਆਰਡਰ ਹੈ ਇਹ ਇੱਕ ਕਿਸੇ ਵੀ ਹੋਰ ਬਿਮਾਰੀ ਵਰਗੀ ਬਿਮਾਰੀ ਹੈ ਜਿਹੜੀ ਕਦੀ ਵੀ ਰਿਲੈਪਸ ਕਰ ਸਕਦੀ ਹੈ ਜਦੋਂ ਤੁਸੀਂ ਫੀਅਰ ਨਾਲ ઓਪਰੇਟ ਕਰੋਗੇ ਨਾ ਉਹਦੇ ਚਾਂਸਸ ਵੱਧ ਜਾਣਗੇ ਜਦੋਂ ਤੁਸੀਂ ਤਸੱਲੀਆਂ ਮੰਗੋਗੇ ਤਾਂ ਤੁਹਾਡਾ ਫੋਕਸ ਫਿਰ ਰਿਕਵਰੀ 'ਤੇ ਛੱਟ ਜਾਏਗਾ ਕਾਮਨ ਸੈਂਸ ਨਾਲ ਮੈਨੂੰ ਦੱਸੋ ਕਿਹੜੀ ਬਿਮਾਰੀ ਠੀਕ ਹੁੰਦੀ ਹੈ ਕੋਈ ਵੀ ਬਿਮਾਰੀ ਮੈਨੂੰ ਦੱਸ ਦਿਓ ਜਿਹੜੀ ਤੁਸੀਂ ਕਾਮਨ ਸੈਂਸ ਨਾਲ ਠੀਕ ਕਰ ਸਕਦੇ ਹੋ ਤੁਹਾਨੂੰ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ ਤੁਸੀਂ ਕਾਮਨ ਸੈਂਸ ਨਾਲ ਠੀਕ ਕਰ ਸਕਦੇ ਤੁਹਾਡਾ ਪੇਟ ਖਰਾਬ ਹੋਇਆ ਹੋਇਆ ਉਹ ਚੋ ਵਾਰਮਿੰਗ ਆ ਰਹੀਆਂ ਕਾਮਨ ਸੈਂਸ ਨਾਲ ਠੀਕ ਹੋ ਸਕਦੀ ਨਹੀਂ ਕੋਈ ਚੀਜ਼ ਕਾਮਨ ਸੈਂਸ ਨਾਲ ਠੀਕ ਹੁੰਦੀ ਨਹੀਂ ਸਾਡੀ ਪ੍ਰੋਬਲਮ ਇਹ ਹੈ ਕਿ ਇਸ ਬਿਮਾਰੀ ਜਿਹੜੀ ਕਿ ਬ੍ਰੇਨ ਹੈ ਬ੍ਰੇਨ ਡਿਸਆਰਡਰ ਹੈ ਇਟ ਇਜ਼ ਨਾਟ ਅ ਸਾਈਕੋਲੋਜੀਕਲ ਡਿਸਆਰਡਰ ਸਾਈਕੋਲੋਜੀਕਲ ਡਿਸਆਰਡਰ ਦੇ ਵਿੱਚ ਸਮਝਾਣਾ ਕੰਮ ਕਰਦਾ ਹੈ ਬ੍ਰੇਨ ਡਿਸਆਰਡਰ ਦੇ ਵਿੱਚ ਸਮਝਾਣਾ ਕੰਮ ਨਹੀਂ ਕਰਦਾ ਬ੍ਰੇਨ ਡਿਸਆਰਡਰ ਨੂੰ ਬਿਲਕੁਲ ਉਸ ਤਰੀਕੇ ਨਾਲ ਟਰੀਟ ਕਰੋ ਜਿਸ ਤਰ੍ਹਾਂ ਕਿਸੇ ਡਿਜ਼ੀਜ਼ ਨੂੰ ਟਰੀਟ ਕਰੀਦਾ ਉਹ ਤਾਂ ਪ੍ਰੋਟੋਕਾਲ ਹੁੰਦਾ ਫੀਅਰ ਜਿਹੜਾ ਨਾ ਇਹ ਨਹੀਂ ਇੰਪੋਰਟੈਂਟ ਫੀਅਰ ਇਜ਼ ਆਲਵੇਸ ਫੀਅਰ ਦੇ ਨਾਲ ਤੁਹਾਡੇ ਜਿਹੜੇ ਨੰਬਰ ਆਫ ਲੈਪਸਿਸ ਵੱਧ ਜਾਣਗੇ ਜਿਹੜੀਆਂ ਫੈਮਿਲੀਜ਼ ਫੀਅਰ ਨੂੰ ਨਹੀਂ ਨਾ ਛੱਡਦੀਆਂ ਉਹਨਾਂ ਵਾਸਤੇ ਰਿਕਵਰੀ ਚਾਣਾ ਪੜਾਉ